ਸਤਿ ਸ਼੍ਰੀ ਅਕਾਲ ਦੋਸਤੋ, ਨਮਸਕਾਰ। ਪੰਜਾਬ ਦਾ ਰਹਿਣ ਵਾਲਾ ਹਾਂ। ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ, ਪੰਜਾਬ ਦੇ ਵਿੱਚ ਰਹਿੰਦੇ ਹੋਏ ਕਈ ਵਾਰ ਬੜੀਆਂ ਅਣਹੋਣੀਆਂ ਹੋਈਆਂ ਨੇ। ਉਹਨਾਂ ਅਣਹੋਣੀਆਂ ਦੇ ਨਾਲ ਸਮਾਜ ਜੂਝਦਾ ਰਿਹਾ। ਸਮਾਜ ਦੇ ਵਿੱਚ ਸੰਘਰਸ਼ ਕਰਨ ਵਾਲੇ ਵਿਅਕਤੀ ਸਮਾਜ ਦੇ ਲਈ ਹਮੇਸ਼ਾ ਇੱਕ ਨਵਾਂ ਉਪਰਾਲਾ ਕਰਦੇ ਰਹੇ ਨੇ। ਪੰਜਾਬ ਵੀ ਇਸ ਦੌਰ ਦੇ ਵਿੱਚੋਂ ਲਗਾਤਾਰ ਗੁਜ਼ਰਦਾ ਆ ਰਿਹਾ। 2010 ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ, ਜਦੋਂ ਲਗਾਤਾਰ ਆਪਣੇ ਦੋਸਤਾਂ ਨਾਲ ਮਿਲ ਕੇ ਲੰਬੇ ਸਮੇਂ ਤੱਕ, ਅੱਜ ਵੀ ਉਹ ਸੰਘਰਸ਼ ਜਾਰੀ ਹੈ, ਕੀਤਾ ਗਿਆ ਸੰਘਰਸ਼ ਉਹਨਾਂ ਧੀਆਂ ਨੂੰ ਬਚਾਉਣ ਦੇ ਲਈ ਜਿਹੜੀ ਕਿ ਸਾਡੇ ਸਮਾਜ ਦੀ ਨੀਂਹ ਨੇ। ਕੁਦਰਤ ਦੇ ਸੰਤੁਲਨ ਨੂੰ ਵਿਗਾੜਨ ਦੀ ਇੱਕ ਕੋਸ਼ਿਸ਼ ਕੀਤੀ ਗਈ ਸਾਡੀ ਮਾੜੀ ਸੋਚ ਨੇ, ਸਮਾਜਿਕ ਤਾਣੇ ਬਾਣੇ ਨੇ। ਉਸ ਤਾਣੇ ਬਾਣੇ ਦੇ ਵਿਰੁੱਧ ਲੜਦੇ ਹੋਏ ਕੁਛ ਸ਼ਬਦਾਂ ਦੇ ਰੂਪ ਦੇ ਵਿੱਚ ਇੱਕ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਲਿਖੀ ਸੀ, ਕੁੱਖ ਦੀ ਆਵਾਜ਼। ਆਓ ਰਲ ਮਿਲ ਕੇ ਸਮਾਜ ਨੂੰ ਇਸ ਪ੍ਰਤੀ ਲਗਾਤਾਰ ਪ੍ਰੇਰਿਤ ਕਰੀਏ। ਸ਼ਾਇਦ ਉਹਦਾ ਉਪਰਾਲਾ ਹੀ ਹੈ ਕਿ ਕਾਫੀ ਹੱਦ ਤੱਕ ਅਸੀਂ ਉਸ ਸਮੱਸਿਆ ਦੇ ਉੱਤੇ ਕੰਟਰੋਲ ਕਰ ਸਕੇ ਜਿਹੜੀ ਕਿ ਇੱਕ ਵੱਡਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੀ। ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਸ ਸਮੇਂ ਲਿਖੀ ਹੋਈ ਕਵਿਤਾ ਦੀ ਹਾਰਡ ਕਾਪੀ ਮੇਰੇ ਸਾਹਮਣੇ ਆਈ, ਪਰ ਮਹਿਸੂਸ ਕੀਤਾ ਕਿ ਉਹ ਇੱਕ ਬੜੀ ਸੌਫਟ ਹੈ ਜੋ ਇਨਸਾਨਾਂ ਦੇ ਦਿਲਾਂ ਨੂੰ ਅੰਦਰ ਤੱਕ ਛੂ ਕੇ ਨਿਕਲ ਸਕਦੀ ਹੈ। ਇੱਕ ਇੱਕ ਛੋਟਾ ਛੋਟਾ ਕਦਮ ਉਠਾਈਏ ਅਤੇ ਆਪਣੇ ਪੰਜਾਬ ਦੇ ਵਿੱਚ ਧੀਆਂ ਦੇ ਪ੍ਰਤੀ, ਉਹਨਾਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਦੀ ਜੋ ਪ੍ਰਥਾ ਹੈ ਉਹਦੇ ਪ੍ਰਤੀ ਲੋਕਾਂ ਨੂੰ ਸੁਚੇਤ ਕਰੀਏ। ਕੁੱਖ ਦੀ ਆਵਾਜ਼ ਤੁਹਾਡੇ ਸਾਰਿਆਂ ਦੇ ਹਾਜ਼ਰੀ ਨੂੰ ਉਪਸਥਿਤ ਹੈ। ਇੱਕ ਕਵਿਤਾ ਮੈਂ ਪੇਸ਼ ਕਰਨ ਜਾ ਰਿਹਾ, ਕੁੱਖ ਦੀ ਆਵਾਜ਼। ਇੱਕ ਦਿਨ ਗੁਲਾਬੋ ਦਾ ਵਿਆਹ ਹੋ ਗਿਆ, ਇੱਕ ਦਿਨ ਗੁਲਾਬੋ ਦਾ ਵਿਆਹ ਹੋ ਗਿਆ। ਗੁਲਾਬੋ ਮੇਰੇ ਪੰਜਾਬ ਦੀ ਹਰ ਉਹ ਔਰਤ ਹੈ ਜੋ ਇਸ ਸਾਰੇ ਸਮਾਜਿਕ ਬੁਰਾਈ ਦੇ ਵਿੱਚੋਂ ਲਗਾਤਾਰ ਗੁਜ਼ਰਦੀ ਚਲੀ ਆ ਰਹੀ ਹੈ। ਛੇਤੀ ਹੀ ਉਹਦੀ ਜ਼ਿੰਦਗੀ ਦਾ ਸੁਪਨਾ ਪੂਰਾ ਹੋ ਗਿਆ। ਸੁਪਨਾ ਕੀ ਹੁੰਦਾ ਹੈ ਇੱਕ ਮਾਂ ਦਾ? ਕਿ ਉਹਦੇ ਕੋਲ ਉਹਦੀ ਔਲਾਦ ਹੋਵੇ। ਗੁਲਾਬੋ ਚਾਹੁੰਦੀ ਸੀ ਇੱਕ ਧੀ ਘਰ ਆਵੇ। ਆਪਣੀ ਜ਼ਿੰਦਗੀ ਦੀਆਂ ਕਮੀਆਂ ਉਸ ਵਿੱਚ ਪੂਰੀਆਂ ਕਰ ਦਿਖਾਵੇ। ਜਿਹੜਾ ਹੱਕ ਉਸਨੂੰ ਨਹੀਂ ਮਿਲਿਆ ਉਹ ਆਪਣੀ ਧੀ ਨੂੰ ਦਵਾਵੇ। ਪਰ ਹਾਲਾਤ ਕੁਝ ਅਜਿਹੇ ਬਣਾਏ ਗਏ ਕਿ ਫੈਸਲਾ ਹੋਇਆ ਕਿ ਅਲਟਰਾਸਾਊਂਡ ਕਰਵਾਇਆ ਜਾਵੇ। ਪੁੱਤ ਜਾਂ ਧੀ ਦਾ ਹੋਣਾ ਪਹਿਲਾਂ ਹੀ ਯਕੀਨੀ ਬਣਾਇਆ ਜਾਵੇ। ਜਿਉਂ ਹੀ ਅਗਲੇ ਦਿਨ ਅਲਟਰਾਸਾਊਂਡ ਕਰਾਇਆ, ਗੁਲਾਬੋ ਲਈ ਧੀ ਹੋਣ ਦੀ ਖੁਸ਼ੀ ਲਿਆਇਆ, ਪਰ ਬਾਕੀ ਸਾਰੇ ਘਰ ਵਿੱਚ ਮਾਤਮ ਜਿਹਾ ਛਾਇਆ। ਨਾ ਚਾਹੁੰਦੇ ਹੋਏ ਵੀ ਗੁਲਾਬੋ ਨੂੰ ਧੀ ਦੇ ਕਤਲ ਲਈ ਤਿਆਰ ਕਰਵਾਇਆ। ਕਾਤਲ ਕੋਈ ਹੋਰ ਨਹੀਂ ਸੀ ਹੋਣ ਵਾਲਾ, ਉਹ ਤਾਂ ਇੱਕ ਡਾਕਟਰ ਸੀ। ਜਿਸਨੂੰ ਸਿਰਫ ਪੈਸਿਆਂ ਦੀ ਭੁੱਖ ਨੇ ਜਲਾਦ ਬਣਾਇਆ। ਧੀ ਨੂੰ ਮਰਵਾਉਣ ਦੀਆਂ ਤਿਆਰੀਆਂ ਪੂਰੀਆਂ ਹੋਈਆਂ। ਪਰ ਗੁਲਾਬੋ ਦੀਆਂ ਅੱਖਾਂ ਸਾਰੀ ਰਾਤ ਹੰਝੂਆਂ ਨਾਲ ਰੋਈਆਂ। ਅੱਧੀ ਰਾਤ ਤੱਕ ਗੁਲਾਬੋ ਪਾਸੇ ਬਦਲਦੀ ਰਹੀ, ਆਪਣੀ ਹੀ ਧੀ ਦੇ ਖੂਨ ਦਾ ਦ੍ਰਿਸ਼ ਸਿਰਜਦੀ ਰਹੀ। ਅਚਾਨਕ ਉਸਨੂੰ ਅੰਦਰੋਂ ਇੱਕ ਬੇਬਸ ਆਵਾਜ਼ ਸੁਣਾਈ ਦਿੱਤੀ, ਮਾਂ, ਪਤਾ ਹੈ ਮੈਂ ਕੱਲ੍ਹ ਤੁਹਾਡੇ ਨਾਲ ਨਹੀਂ ਹੋਣਾ। ਰੱਬ ਦੀ ਸੋ ਮਾਂ, ਤੂੰ ਮੈਨੂੰ ਯਾਦ ਕਰਕੇ ਵੀ ਨਾ ਰੋਣਾ। ਮੈਨੂੰ ਪਤਾ ਲੱਗਾ ਹੈ ਤੁਸੀਂ ਕੱਲ੍ਹ ਪਾਪਾ ਨਾਲ ਜਾਓਗੇ। ਸਿਰਫ ਧੀ ਹੋਣ ਕਾਰਨ ਮੈਨੂੰ ਕੱਢ ਕੁੱਖੋਂ ਜ਼ਮੀਨ 'ਤੇ ਪਟਕਾ ਮਾਰੋਗੇ। ਮੈਨੂੰ ਤਾਂ ਯਕੀਨ ਨਹੀਂ ਹੁੰਦਾ ਮੇਰੀ ਮਾਂ ਅਜਿਹੀ ਕਿਵੇਂ ਬਣ ਗਈ। ਉਸ ਲਈ ਮੇਰੀ ਛੋਟੀ ਜਿਹੀ ਜਾਨ ਕਦੋਂ ਬੋਝ ਬਣ ਗਈ। ਕਿਰਪਾ ਕਰਕੇ ਕਹਿ ਦੇ ਮਾਂ ਇਹ ਖਬਰ ਝੂਠੀ ਏ, ਤਾਂ ਕਿ ਮੇਰੇ ਕੰਬਦੇ ਦਿਲ ਨੂੰ ਸਕੂਨ ਆ ਜਾਵੇ। ਇਹ ਮੇਰੇ ਛੋਟੇ ਛੋਟੇ ਹੱਥਾਂ ਅਤੇ ਪੈਰਾਂ ਦੀ
कंबन खलो जावे, मेरे हथियां ते पैरां दी ये कंबन खलो जावे। मां, ओ मां, किते तुसां मेरे दहेज तो नहीं डर गए, या फिर धी होण दे किसी होर बोझ नाल तां नहीं दब गए? जे पुत हुंदा तां पाल लैंदे, जे पुत हुंदा तां पाल लैंदे, धी हां तां मैनू मार देना। इस सोहनी रंगीन दुनिया विच मैनू नहीं सां लैंदे ना, इस सोहनी रंगी दुनिया विच मैनू नहीं सां लैंदे ना। पर मां, यह तां निरा धोखा है, यह तां निरा धोखा है। की पता है मैं कुछ कर जावां अपने नां दे नाल नाल, तेरा नाम भी उच्चा कर जावां। मैनू एक बार मां, मैनू एक बार, सिर्फ एक बार अपने बेड़े उतर लेंदे, चांदी दियां झांजरां दी छम छम नाल नच लेंदे। ना दवाना मैनू नवीआं झांजरां, ना दवाना मैनू नवीआं झांजरां, मैं तां पुरानियां ही पा लवांगी। पर मां, मैं ते इत्थों जुदा नहीं होना, ओ मां, मैं ते इत्थों जुदा नहीं होना। इस लई छोटे छोटे हाथों नू जोड़ के बेनती है मां, तू मैनू हस्पताल ना ले जाना, मैनू उस सुई वाले डॉक्टर तो ना मरवाना, तू मैनू बेरहमी नाल ना मरवाई, मेरे छोटे जे शरीर नू किसे खूनी खूह विच ना सटवाई। मां, तू मैनू इंज कदे ना करवाई, तू मैनू इंज कदे ना करवाई, मैं हस्पताल नहीं जाना, मैं हस्पताल नहीं जाना, मैं उस डॉक्टर दी सुई तो नहीं अपने आप नू मरवाना, मैं अपने आप नू उस सुई तो नहीं मरवाना, मैं अपने आप नू उस सुई तो नहीं मरवाना। इन्ना महसूस कर गुलाबो दा दिल चीतकार उठिया, इन्ना महसूस कर गुलाबो दा दिल चीतकार उठिया, ती हित विच कुछ इंज पुकार उठिया। जी जी, सुनदे हो, मैं हुण हस्पताल नहीं जाना, मैं हुण कल तोड़े नाल हस्पताल नहीं जाना, अपनी अणजम्मी धी नूं कुख विच नहीं मरवाना, मैं हुण हस्पताल नहीं जाना, मैं अपनी लाडो दा कतल नहीं करवाना, मैं अपनी लाडो दा कतल नहीं करवाना, मैं अपनी लाडो दा कतल नहीं करवाना। सो आओ रल मिल के सरकार दी जो मुहिम है बेटी बचाओ बेटी पढ़ाओ, उस मुहिम नू भी अगे वधाइए, ते उस परमात्मा दी जो देन है उसके प्रति वो पाप कर्म ना करिए। हर जीव नू जीन दा अधिकार है। उम्मीद करते हैं तुसी सारे जने इस मुहिम का हिस्सा बनोगे, अपनी सोच का हिस्सा बनाते हुए साडे देश दे विच, साडे पंजाब दे विच जिहड़ा एक असंतुलन है मुंडे ते कुड़ियां दा, साडी माड़ी सोच दे कारण, समाजिक प्रेशर्स दे कारण, दहेज वर्गी प्रथावां दे कारण, ते समाज दे प्रति धीआं दे प्रति जिहड़ा वतीरा है उस दे कारण, उहनूं दूर करन दे विच सहयोग करोगे, मेरे इस मैसेज नूं अगे भी पहुँचाओ। बहुत बहुत धन्नवाद, ਸਤਿ ਸ਼੍ਰੀ ਅਕਾਲ।